ਜਦੋਂ ਜੁੜ ਗਿਆ ਤੇ ਖੁੱਡਾਂ ਚੋਂ ਸੱਪ ਵੀ ਬਾਹਰ ਆ ਕੇ ਬਹਿ ਜਾਂਦੇ ਆ। ਠੀਕ ਹੈ, ਇੰਨੀ ਕਹਿੰਦੇ ਸਰੀਲੀ ਆਵਾਜ਼ ਹੁੰਦੀ ਆ, ਸੱਪਾਂ ਨੂੰ ਇਹ ਹੁੰਦਾ ਕਿਤੇ ਵੀਣ ਹੀ ਬੋਲੀ ਜਾਂਦੀ ਆ। ਹੈ ਰੀਨ ਵਾਲੀ ਪਰ ਇਹ ਵੀ 65 horsepower ਚ ਕੀਤਾ ਜੇ ਆਪਾਂ ਸਲੀਪ ਪਿਸਟਨ ਨਾ ਜਿਹੜਾ 45 gear ਵਾਲਾ ਪਾਇਆ ਚ। ਠੀਕ ਹੈ ਹਾਂਜੀ। ਊਂ ਬਈ ਜੇ 4x4 ਕਰਨਾ ਹੋਵੇ ਉਹ ਵੀ ਕਰ ਸਕਦੇ? ਹਾਂਜੀ ਕਰ ਦੇਵਾਂਗੇ, 4x4 ਵੀ ਕਰ ਦੇਵਾਂਗੇ। ਉਹ ਬੜਾ ਸੋਹਣਾ ਲੱਗਦਾ ਹੈ ਨਾ। ਹਾਂਜੀ ਸੋਹਣਾ ਲੱਗਦਾ। ਹਾਂਜੀ ਹੁਣ ਬਾਕੀ ਕਰਨ ਨੂੰ ਕਰੀ ਜਾਂਦੇ ਆ, ਕੀੜਿਆਂ ਨੂੰ ਬਣਾ ਬਣਾ ਭਿਉਂ ਭਿਉਂ ਛੱਡੀ ਜਾਂਦੇ, ਛੱਡ ਕੇ ਤੇ ਉਹ ਸਵਾਦ ਹੀ ਨਹੀਂ ਆਉਂਦਾ ਕੰਮ ਕਰਨ ਦਾ। ਠੀਕ ਹੈ ਠੀਕ ਹਾਂ। ਬਾਕੀ ਰੰਗ ਤੇ ਡਿਪੈਂਡ ਆ, ਰੰਗ ਕਰੀਦਾ ਸਿਰੇ ਦਾ। ਆਹ ਹੁਣ ਟਰੈਕਟਰ ਆਪਣਾ ਖੜਾ ਬਣਾਈ ਐਂਸੀ ਚ ਲਿਜਾ ਕੇ ਲਾ ਦਿਓ, ਅਗਲਾ ਕੋਈ ਵੀ ਕੰਪਨੀ ਚ ਟਰੈਕਟਰ ਦੁਬਾਰਾ ਛੱਤੀ ਸੌਣ ਲੱਗ ਗਿਆ। ਸਹੀ ਹੈ ਸਹੀ ਹੈ। ਹਾਂਜੀ ਇਹ ਆਉਣਾ ਹੈ ਜਿਹੜਾ ਰਾਈ ਸਪੈਸ਼ਲ 25 gear ਵਾਲਾ ਆਉਂਦਾ ਹੁੰਦਾ ਸੀਗਾ, ਠੀਕ ਹੈ, ਇਹ ਉਹਦੇ ਵਾਲੇ ਇਹਦੇ ਜਿਹੜੇ ਲਾਏ ਆ। ਇਹਨਾਂ ਨਾਲ ਪਾਣੀ ਨਹੀਂ ਪੈਂਦਾ ਨਾ ਮਿੱਟੀ ਪਵੇ ਵਿੱਚ। ਰੀਨ ਵਾਲੇ ਚਮਟੇ ਦੀਆਂ ਲਿੰਕਾਂ ਪਾਈਆਂ ਆਪਾਂ ਇਹਦੇ। ਅੱਛਾ ਜੀ ਹਾਂਜੀ, ਜਿਹੜੀਆਂ ਇਹਨੂੰ ਗੋਲੀਆਂ ਵਾਲੀਆਂ ਆਉਂਦੀਆਂ, ਆਮ ਛੋਟੀ ਪਲੇਟ ਆਉਂਦੀ ਹੈ, ਇਹ ਆਪਾਂ ਵੱਡੀ ਪਲੇਟ ਵਾਲੀਆਂ ਪਾਈਆਂ, ਆਮ ਇੰਨੀ ਪਲੇਟ ਆਉਂਦੀ ਹੈ, ਵੱਡੀ ਪਲੇਟ ਵਾਲੀਆਂ ਇਹ। ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਯੂਟਿਊਬ ਚੈਨਲ ਰਿਸਪੈਕਟ ਫਾਰਮਰ ਟੀਵੀ ਦੇ। ਕਾਫੀ ਟਾਈਮ ਬਾਅਦ ਨਵੇਂ ਟਰੈਕਟਰ ਤਿਆਰ ਹੋਏ ਤੁਹਾਨੂੰ ਦਿਖਾਉਣ ਲੱਗੇ ਹਾਂ ਜੀ। ਕਿੱਥੋਂ ਇਹ ਟਰੈਕਟਰ ਤਿਆਰ ਹੋਇਆ ਜੀ, ਕੀ ਤਸੱਲੀ ਹੈ, ਰੰਗ ਵਗੈਰਾ ਦੀ ਸਾਰੀ ਜਾਣਕਾਰੀ ਆਪਾਂ ਬਾਈ ਹੋਰਾਂ ਤੋਂ ਲਵਾਂਗੇ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਆਪਣਾ ਨਾਮ ਅਤੇ ਵਰਕਸ਼ਾਪ ਦਾ ਨਾਮ? ਮੇਰਾ ਨਾਮ ਗੁਰਮੇਲ ਸਿੰਘ ਗੇਲਾ, 5 rank ਕਲਾਮ ਪਿੰਡ ਆ, ਜ਼ਿਲ੍ਹਾ ਫਰੀਦਕੋਟ। ਠੀਕ ਹੈ ਜੀ। ਹਾਂਜੀ ਇਹ ਜੋ ਟਰੈਕਟਰ ਬਾਈ ਆਪਾਂ ਤਿੰਨੇ ਦੇਖ ਰਹੇ ਹਾਂ, ਤੁਹਾਡੇ ਵੱਲੋਂ ਤਿਆਰ ਹੋਇਆ ਜੀ? ਹਾਂਜੀ ਆਪਣੇ ਵੱਲੋਂ ਤਿਆਰ ਹੋਇਆ। ਠੀਕ ਹੈ ਤੇ ਬਈ ਜਿਵੇਂ ਆਪਾਂ ਪਹਿਲਾਂ ਇਹ ਨਾਟਕਰਾਂ ਦੀ ਗੱਲ ਕਰੀਏ ਜੀ, ਹਾਂਜੀ ਇਹਦਾ ਕੀ ਕੰਮ ਕਾਰ ਕਰਿਆ ਆਪਾਂ? ਇਹ ਸਾਰਾ ਹੀ ਓਵਰਹਾਲ ਕੀਤਾ। ਅੱਛਾ ਜੀ। ਹਾਂ ਸਾਰਾ ਫੁੱਲ ਕੰਮ ਕੀਤਾ ਟਰੈਕਟਰ ਦਾ, ਸਾਰਾ ਮਕੈਨੀਕਲ ਕੰਮ, ਇੰਜਨ, ਗੇਅਰ ਦਾ ਜੀ? ਹਾਂਜੀ ਹਾਂਜੀ। ਓਕੇ ਆ ਜਾਵਾ, ਸਾਰਾ ਓਕੇ ਆ। ਤੇ ਇਹ ਬਈ ਫਿਰ ਇਹਦੇ 'ਚ ਮੈਨੂੰ ਜਿਹੜਾ ਕਲਰ ਹੈ ਇਹ ਗਾਹਕ ਦੀ ਚੋਇਸ ਸੀ? ਇਹ ਗਾਹਕ ਦੀ ਚੋਇਸ ਸੀਗੀ, ਉਹਨਾਂ ਨੇ ਕਿਹਾ ਸੀਗਾ ਵੀ ਆਪਾਂ ਇਹਨਾਂ ਨੂੰ ਜਿਹੜਾ ਓਰੀਜਨਲ ਹਰਾ ਜਿਹਾ ਕਲਰ ਆਉਂਦਾ, ਠੀਕ ਹੈ, ਆਪਾਂ ਉਹ ਰੰਗ ਹੀ ਕਰਨਾ। ਠੀਕ ਹੈ, ਡਿਫਰੈਂਟ ਜਿਹਾ ਹੋਇਆ। ਹਾਂਜੀ 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 ਹਾਂਜੀ। ਕਿਆ ਬਾਤ ਹੈ ਜੀ, ਰੰਗ ਤਾਂ ਦੋਸਤੋ ਫਿਰ ਤੁਸੀਂ ਦੇਖੋ, ਬਹਿ ਜਾ ਕਰਾਈ ਪਈ ਜਾਵਾਂ ਤੇ ਇੱਦਾਂ ਲੱਗਦਾ ਵੀ ਵਿੱਚ ਦੀ ਜਿਵੇਂ ਮਰਜ਼ੀ ਦੇਖੀ ਜੋ ਪੱਗ ਬੰਨ ਲਓ ਬਾਈ, ਕਹਿੰਦਾ ਪੱਗ ਕਈ ਵਾਰੀ ਬਾਈ ਠੀਕ ਕਰ ਲਾ ਪੈਂਦੇ ਆ ਕੇ। ਠੀਕ ਹੈ ਸਹੀ ਹੈ, ਕਹਿ ਰਹੇ ਬਾਈ ਦੀ ਬਾਈ ਆ ਕੇ ਪੱਗ ਠੀਕ ਕਰ ਲਾ ਪੈਂਦੇ ਬਾਈ, ਅਸੀਂ ਸਾ ਕੇ ਟਰੈਕਟਰ ਨੂੰ ਰੰਗ ਇਹਨਾਂ ਨੂੰ ਦੱਸਣਾ ਪੈਂਦਾ ਬਾਈ ਇਹ ਸੀਸਾ ਨਹੀਂ, ਇਹ ਰੰਗ ਹੀ ਇਸ ਤਰ੍ਹਾਂ ਕੀਤਾ, ਰੰਗ ਹੀ ਦੱਸਣਾ ਕਰ, ਰੰਗ ਹੀ ਸੀਸੇ ਨੂੰ ਚਲਕਦਾ, ਸੀਸੇ ਨੂੰ ਚਲਕਦਾ। ਕੀ ਬਾਤ, ਮੈਂ ਤਾਂ ਆਪ ਕਰ ਲਾ ਪਈ ਉਹਨਾਂ ਨੇ ਕਹਿ ਰਹੀ ਹੈ। ਠੀਕ ਹੈ ਤੇ ਇਹ ਬਾਈ ਆਪਣਾ ਕਿੱਥੋਂ ਆਇਆ ਟਰੈਕਟਰ ਜੀ? ਇਹ ਟਰੈਕਟਰ ਹੈਗਾ ਜੀ ਪਠਾਨਕੋਟ ਦਾ। ਪਠਾਨਕੋਟ ਆਇਆ? ਹਾਂਜੀ। ਬਹੁਤ ਦੂਰੋਂ ਦੂਰੋਂ ਟਰੈਕਟਰ ਆਉਂਦੇ? ਹਾਂਜੀ ਦੂਰੋਂ ਦੂਰੋਂ ਟਰੈਕਟਰ ਆਉਂਦੇ ਆ। ਵਧੀਆ। ਹਾਂ ਤੇ ਬਾਈ ਇਹ ਆਪਣਾ 19 horsepower ਦਾ ਹੀ ਹੈ, ਮਤਲਬ ਰੀਨਲ ਇੰਜਨ ਹੀ ਹੋਇਆ ਇਹ? ਹੈ ਰੀਨਲ ਹੀ, ਪਰ ਇਹ ਵੀ 65 horsepower ਚ ਕੀਤਾ ਹੈ ਜੇ ਆਪਾਂ ਸਲੀਪ ਪਿਸਟਨ ਨਾ ਜਿਹੜਾ 45 gear ਵਾਲਾ ਪਾਇਆ ਚ। ਠੀਕ ਹੈ ਹਾਂਜੀ। ਉਹਦੇ ਨਾਲ ਜਿਹੜੇ 65 horsepower ਕੱਢਦਾ, 65 horsepower ਕੱਢਦਾ ਪੂਰੇ ਜੇ ਇਹ 15 ਹਾਲਾਂ ਦੇ ਵਾਇਆ ਟਰੈਕਟਰ ਹੈ, ਕੋਈ ਪਰਵਾਹ ਨਹੀਂ। ਮਤਲਬ ਵੀ ਐ ਜਮਾ 65 ਵਾਲਾ ਕੰਮ ਸੱਚੀ ਹੈ ਨਾ? ਸੁੱਤਾ ਤਾਂ ਧੂਆਂ ਦਾ ਜਾਣਦਾ ਹੀ ਨਹੀਂ। ਅੱਛਾ, ਹਾਂ ਧੂਆਂ ਨਹੀਂ ਆਉਂਦਾ ਇਹਦੇ ਵਿੱਚੋਂ। ਠੀਕ ਹੈ ਹਾਂਜੀ। ਬਾਕੀ ਇਹ ਜਿਵੇਂ ਇਹ ਬਈ ਟਾਇਰ ਵਗੈਰਾ ਉਹਨਾਂ ਦੀ ਚੋਇਸ ਬਈ? ਉਹਨਾਂ ਨੇ ਬਾਈਆਂ ਨੇ ਆਪ ਚੜਾ ਕੇ ਛੱਡ ਕੇ ਗਏ ਸੀ ਟਾਇਰ ਇਹ। ਠੀਕ ਹੈ ਹਾਂਜੀ। ਉਹ ਬਈ ਜੇ 4x4 ਕਰਨਾ ਹੋਵੇ ਉਹ ਵੀ ਕਰ ਸਕਦੇ ਹੋ? ਹਾਂਜੀ ਕਰ ਦੇਵਾਂਗੇ, 4x4 ਵੀ ਕਰ ਦੇਵਾਂਗੇ। ਉਹ ਬੜਾ ਸੋਹਣਾ ਲੱਗਦਾ ਹੈ ਨਾ 4x4? ਸੋਹਣਾ ਲੱਗਦਾ ਹਾਂਜੀ। ਠੀਕ ਹੈ, ਕਿਆ ਬਾਤ, 4x4 ਵੀ ਕਰ ਦੇਵਾਂਗੇ। ਰੰਗ ਦੀ ਕੁਆਲਿਟੀ ਫਿਰ ਦੋਸਤੋ ਚੈੱਕ ਕਰੋ ਤੁਸੀਂ, ਇਹ ਬਈ ਰੇਸ ਇੱਥੇ ਲਾ ਕੇ ਦਿੱਤੀ ਫਿਰ? ਹਾਂ ਇਹ ਸੋਨਾ ਲੀਕਾ ਵਾਲੀ ਲਾਈ ਹੈ ਜੀ, ਰੀਨਲ ਰੇਸ ਆ ਸੋਨਾ ਲੀਕਾ ਦੀ। ਠੀਕ ਹੈ ਜੀ ਹਾਂਜੀ। ਦੇਖੋ ਫਿਰ ਦੋਸਤੋ ਨਿੱਕੀ ਨਿੱਕੀ ਚੀਜ਼ ਜਿਹੜੀ ਐ ਜੜੀ ਪਈ ਹੈ ਜੀ ਅੰਦਰ ਤੱਕ। ਆ ਬਈ ਟਾਪੇ ਵੈਸੇ ਨੂੰ ਆਉਂਦੇ ਨਹੀਂ ਹਨਾ ਇੱਥੇ? ਨਹੀਂ ਟਾਪੇ ਆਉਂਦੇ ਨਹੀਂ, ਫਿਰ ਪੈਰਦਾਨ ਵੱਡੇ ਕਰਨ ਦੇ ਕਾਰਨ ਇਹ ਫਿਰ ਤਾਂ ਲੱਗਿਆ ਇਹ। ਠੀਕ ਹੈ ਹਾਂਜੀ, ਪੈਰਦਾਨ ਜਿਹੜਾ ਫਲੈਟ ਲੱਗ ਗਿਆ ਜੀ। ਹਾਂਜੀ ਮਿੱਤਰੋ, ਤੇ ਬਾਕੀ ਇਹ ਘੁੰਮਣ ਵਾਲੇ ਵੀਲ ਵਗੈਰਾ ਲਾਏ? ਹਾਂ ਘੁੰਮਣ ਵਾਲੇ ਵੀਲ ਲਾਤੇ ਜੀ ਇਹਦੇ, ਇਹ ਵੀ ਗਾਹਕ ਦੀ ਡਿਮਾਂਡ ਤੇ ਹੀ ਲਾਇਆ ਜੀ ਆਪਾਂ। ਠੀਕ ਹੈ ਜੀ ਹਾਂਜੀ, ਇਹ ਤਾਂ ਬਹੁਤ ਸੋਹਣਾ ਲੱਗਿਆ। ਬਾਕੀ ਦੋਸਤੋ ਨਾਲ ਨਾਲ ਦੱਸਿਓ ਕਿਹੜਾ ਟਰੈਕਟਰ ਤੁਹਾਨੂੰ ਕਿੱਦਾਂ ਦਾ ਲੱਗੀ ਜਾਂਦਾ ਜੀ? ਆਹ ਟਰੈਕਟਰ ਪਹਿਲਾਂ ਜਿਹੜਾ ਆਪਾਂ ਦਿਖਾਇਆ ਆਪਾਂ ਨੂੰ ਤਾਂ ਪੂਰਾ ਘੈਂਟ ਲੱਗਿਆ ਬਾਈ ਜੀ, ਆਪਾਂ ਜਿਹੜਾ ਟਰੈਕਟਰ ਕਰਦਾ ਦਿਲੋਂ ਹੀ ਕਰੀਦਾ। ਠੀਕ ਹੈ ਹਾਂਜੀ ਬਾਈ, ਜਿਹੜਾ ਦਾਸ ਕੋਲੇ ਟਰੈਕਟਰ ਆ ਗਿਆ ਸਿਰਾ ਲਵਾ ਕੇ ਭੇਜੀਦਾ। ਉਹ ਸਹੀ ਹੈ ਵੀ ਫੇਰ ਹੀ ਚੱਲ ਅਗਲੇ ਬੰਦਾ ਆਉਂਦਾ ਅੱਗੇ। ਹਾਂਜੀ ਹਾਂਜੀ ਹਾਂਜੀ, ਜੇ ਆਪਾਂ ਇੱਕ ਕਰੀ ਕਿਸੇ ਨੂੰ ਨਾਰਾਜ਼ ਕਰਕੇ ਤੋਰਾਂਗੇ, ਨਾਰਾਜ਼ ਕਰਕੇ ਤੋਰ ਕੇ ਫਿਰ ਆਉਂਦਾ ਨਹੀਂ ਗਾ। ਬਾਕੀ ਜੀ ਸਾਡੇ ਪੈਂਟਰ ਦੀ ਕਲਾ ਤੇ ਜਿਹੜੀ ਪਹਿਲਾਂ ਕਲਾ ਕਸਰ ਮੈਂ ਕੱਢ ਦਿੰਦਾ, ਰਹਿੰਦੀ ਹੁੰਦੀ ਉਹ ਕੱਢ ਦਿੰਦਾ। ਠੀਕ ਹੈ, ਇਹ ਬਾਈ ਕੱਢਦਾ ਫਿਰ? ਇਹ ਕੱਢਦਾ ਬਾਈ। ਹਾਂ ਠੀਕ, ਸਤਿ ਸ਼੍ਰੀ ਅਕਾਲ ਜੀ। ਹਾਂ ਕੀ ਬਾਤ ਹੈ ਫਿਰ ਤਾਂ। ਹਾਂ ਆ ਦੇਖੋ ਬਈ ਫੋੜ ਫਿਰ ਐ ਲੱਗਦਾ ਜਾਂ ਜਾਂਸੀ ਚ ਲਿਆਂਦਾ। ਜਾਂਸੀ ਉਹ ਬਈ ਜੀ ਕਿਸੇ ਦਿਨ ਲਾਵਾਂਗੇ, ਜਾਂਸੀ ਸੀਸਿਆਂ ਦੇ ਵਿੱਚ ਵੀ ਲਾਵਾਂਗੇ। ਅੱਛਾ ਹਾਂਜੀ ਠੀਕ ਹੈ, ਪਰਮਾਤਮਾ ਦੀ ਮਿਹਰ ਚਾਹੀਦੀ ਹੈ, ਸੀਸਿਆਂ ਵਿੱਚ ਵੀ ਲਾਵਾਂਗੇ। ਘੈਂਟ ਜਿਹੜਾ ਰੰਗ ਹੋਇਆ ਬਈ ਦੇਖੋ ਤੁਸੀਂ, ਇੰਨੀ ਫਿਨਿਸ਼ਿੰਗ ਆ ਰੰਗ ਦੀ। ਬਾਕੀ ਵੀ ਆਪਾਂ ਫੇਰ ਦੱਸ ਦਈਏ ਵੀ ਜੇ ਕਿਸੇ ਭਰਾ ਨੇ ਇੱਥੇ ਵੇਖਣਾ ਹੁਣ ਇਹ ਟਰੈਕਟਰ ਆਪਣੇ ਕੋਲੇ ਤਿਆਰ ਹੋ ਕੇ ਕੋਈ 2-4 ਦਿਨ ਖੜਾ ਰਹਿੰਦਾ? ਹਾਂਜੀ 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 ਖੜਾ ਰਹਿੰਦਾ ਟਰੈਕਟਰ। ਠੀਕ ਹੈ ਹਾਂਜੀ ਹਾਂਜੀ, ਤੇ ਰੋਡ ਦੇ ਉੱਪਰ ਹੀ ਵਰਕਸ਼ਾਪ ਆ? ਰੋਡ ਦੇ ਉੱਪਰ ਵਰਕਸ਼ਾਪ ਆ, ਰੋਡ ਦੇ ਉੱਤੇ ਹੀ ਆਪਣੀ ਰੰਗ ਦੀ ਦੁਕਾਨ ਆ। ਠੀਕ ਹੈ ਹਾਂਜੀ, ਤੇ ਜਿਹੜਾ ਸਾਰਾ ਸਾਹਮਣੇ
ਕੱਚ ਪੈਂਦਾ ਸੀ ਹਨਾ, ਇੱਕ ਕਮੀ ਸੀ ਬ੍ਰੇਕਾਂ ਦੀ ਸੀ। ਹਾਂਜੀ, ਇੱਕ ਇਹਨੂੰ ਕਹਿੰਦੇ ਆਪਾਂ ਨੂੰ ਮਤਲਬ ਜਿਹੜੇ ਬੈਰਿੰਗ ਆ ਇਹ ਵੱਡੇ ਪੈ ਗਏ, ਇਹਦੇ ਵਿੱਚ ਸਪੈਂਡਲ ਛੋਟੇ ਹੋ ਗਏ, T20 ਵਾਲਾ ਹਿੱਸਾ ਲੱਗਾ ਇਹਨੂੰ। ਅੱਛਾ, ਕੱਲਾ ਅਗਲਾ ਹਿੱਸਾ ਜਿਹੜਾ ਅਗਲਾ ਹਿੱਸਾ ਚੇਂਜ ਕਰਤਾ ਜੀ। ਹਾਂਜੀ, ਪਾਵਰ ਸਟੀਅਰਿੰਗ ਹੋ ਗਿਆ। ਠੀਕ ਹੈ, ਤੇ ਜਿਹੜਾ ਬ੍ਰੇਕਾਂ ਦਾ ਕੱਚ ਕੱਢਦਾ? ਹਾਂ, ਉਹ ਕੱਢਤਾ ਜੀ, ਡਿਸਕ ਬ੍ਰੇਕ ਹੋ ਗਏ। ਠੀਕ ਹੈ, ਤੇ ਇਹ ਭਾਈ ਡਿਸਕ ਬ੍ਰੇਕ ਫਿਰ ਕਿਵੇਂ ਕਰੇ, ਹਿੱਸਾ ਚੇਂਜ ਕਰਿਆ ਜਾਂ ਨਹੀਂ? ਹਿੱਸਾ ਨਹੀਂ, ਇਹਦੀਆਂ ਟਿਊਬਾਂ ਚੇਂਜ ਕੀਤੀਆਂ, ਫਾਰਮ ਟਰੈਕ 60 ਵਾਲੀਆਂ ਇਹ। ਕੱਲੀਆਂ ਆ ਟਿਊਬਾਂ ਚੇਂਜ ਹੋਈਆਂ? ਹਾਂਜੀ, ਟਿਊਬਾਂ ਚੇਂਜ ਕਰਕੇ ਨਾ। ਠੀਕ ਹੈ, ਤੇ ਵਿੱਚ ਜਿਹੜੇ ਬ੍ਰੇਕ ਲੈਦਰ ਆ ਜਿਹੜੇ ਗੋਲ ਘੋਗਣ ਵਾਲੇ ਹੁੰਦੇ ਤਵੇ ਵਾਲੇ, ਠੀਕ ਹੈ, ਉਹ ਪੈ ਜਾਂਦੇ ਇਹਦੇ ਵਿੱਚ। ਕੀ ਬਾਤ ਹੈ, ਮਾਲਕ ਪੈਸੇ ਭਰਦਾ ਫਿਰ ਚੀਜ਼ ਤਾਂ ਬਣਦੀ ਹੈ ਜੀ, ਬਹੁਤ ਵਧੀਆ। ਬਾਕੀ ਆਪਣੇ ਕੋਲੇ ਜਿਹੜਾ ਵੀ ਕਸਟਮਰ ਆਉਂਦਾ ਨਾ ਉਹ ਪੈਸੇ ਵਧੇ ਤਸੱਲੀ ਨਾਲ ਹੀ ਲਾਉਂਦਾ। ਸਹੀ ਹੈ ਜੀ। ਹਾਂਜੀ, ਜਿਹੜੇ ਕਸਟਮਰ ਨੇ ਆਪਣੇ ਕੋਲ ਟਰੈਕਟਰ ਲਿਆਉਣਾ ਨਾ ਤਸੱਲੀ ਨਾਲ ਪਏ, ਫਿਰ ਆਪਾਂ ਵੀ ਕੰਮ ਤਸੱਲੀ ਵਾਲੇ ਹੀ ਕਰੀਦਾ ਉਹਨਾਂ ਨਾਲ। ਠੀਕ ਹੈ, ਕੰਮ ਦੇ ਵਿੱਚ ਕਮੀ ਨਹੀਂ ਛੱਡੀ ਦੀ, ਆਪਾਂ ਜਿੰਨੇ ਵੀ ਟਰੈਕਟਰਾਂ ਦਾ ਕੰਮ ਕੀਤਾ ਵਾਹ ਕੇ ਤਸੱਲੀ ਕਰਕੇ ਫੇਰ ਟਰੈਕਟਰ ਪੇਂਟ ਕਰੀਦਾ। ਠੀਕ ਹੈ, ਇਹ ਬਈ ਹੁਣ ਫੋਰਡ 3600 ਇਹ ਓਰੀਜਨਲ ਹੈ ਹਸ ਪਾਵਰ ਚ ਆ ਜਾਂ ਇਹਦੇ? ਇਹ ਓਰੀਜਨਲ ਹੀ ਹੈ ਜੀ, ਇਹ ਕੋਈ ਮੋਡੀਫਿਕੇਸ਼ਨ? ਨਾ ਨਾ, ਇਹ ਨਹੀਂ ਕੀਤਾ, ਓਰੀਜਨਲ ਹੀ ਹੈ ਇਹ। ਠੀਕ ਹੈ, ਤੇ ਇਹਨੂੰ ਹੁਣ ਰੇਡੀਅਲ ਟਾਇਰ ਪਏ 14? ਹਾਂ, ਰੇਡੀਅਲ 14 ਦੇ। ਹਾਂਜੀ, ਕੀ ਬਾਤ ਹੈ, ਵਧੀਆ ਚੱਲਿਆ ਇਹਨਾਂ ਦਾ? ਹਾਂਜੀ ਹਾਂਜੀ, ਬਹੁਤ ਵਧੀਆ। ਠੀਕ ਹੈ, ਇਹ ਕਿਹੜੇ ਪਿੰਡ ਦਾ ਟਰੈਕਟਰ ਸੀਗਾ ਜੀ? ਇਹ ਹੈਗਾ ਜੀ ਗੁਰੂ ਕੀ ਢਾਬ ਦਾ। ਗੁਰੂ ਕੀ ਢਾਬ ਦਾ ਦੋਸਤੋ। ਹਾਂਜੀ, ਬਾਕੀ ਜਿਹੜੀ ਹੋਰ ਮੋਡੀਫਿਕੇਸ਼ਨ ਵਾਲੀ ਗੱਲ ਕਰੀਏ ਆਪਣੇ ਮੁੰਡਿਆਂ ਖੁੰਡਿਆਂ ਵਾਲੇ ਹਿਸਾਬ ਤੇ, ਤਾਂ ਉਹ ਵੀ ਸਿਰਾ ਕਰਾਇਆ ਪਿਆ, ਡਾਊਨ ਸੀਲਿੰਗ ਵਗੈਰਾ। ਤੇ ਆ ਦੇਖੋ ਤੁਸੀਂ ਫਿਰ ਲਾਈਟਿੰਗ ਬਹੁਤ ਸੋਹਣੀ ਹੋਈ ਵੀ ਹੈ। ਜਾਣੀ ਜੇ ਆਪਾਂ ਆਖੀਏ ਵੀ ਮੁੰਡਿਆਂ ਖੁੰਡਿਆਂ ਵਾਲਾ ਕੰਮ ਵੀ ਆ ਤੇ ਬਾਬੇ ਬਜ਼ੁਰਗਾਂ ਵਾਲਾ ਕੰਮ ਵੀ ਆ, ਬਹੁਤ ਵਧੀਆ ਜੀ। ਹਾਂ ਵੀ, ਐਂ ਨਹੀਂ ਗਾ ਜੇ ਕਿਸੇ ਮੁੰਡੇ ਖੁੰਡੇ ਨੇ ਆਪਦਾ ਸ਼ੌਂਕ ਪੂਰਨਾ ਉਹ ਵੀ ਆ, ਲਾਈਟਾਂ ਲੂਟਾਂ ਵਗੈਰਾ ਸਿਰਾ ਕਰਾਇਆ ਜਾਂਦਾ। ਦੇਖੋ ਤੁਸੀਂ ਫਿਰ ਹਾਂਜੀ ਮੂੰਹ ਬੋਲਦੇ ਟਰੈਕਟਰ ਮੂੰਹ ਜੀ ਮੂੰਹ। ਬਾਕੀ ਆਉਣਾ ਜੀ, ਆਪਾਂ ਕੰਮ ਦੇ ਵਿੱਚ ਕਮੀ ਨਹੀਂ ਛੱਡਦੇ ਗੇ, ਜਿਹੜਾ ਕੰਮ ਕਰੀਦਾ ਪਰ ਇਹ ਨਾਲ ਕਰੀਦਾ, ਅਗਲੇ ਦੇ ਸਾਹਮਣੇ ਕਰੀਦਾ। ਠੀਕ ਹੈ ਨੀ, ਆਮ ਹੁਣ ਪੱਟੀ ਭਰੀ ਜਾਂਦੇ ਆ ਨਾ, ਆਪਾਂ ਕਦੇ ਉਹ ਕੰਮ ਨਹੀਂ ਕੀਤਾ, ਜਿਹੜਾ ਪੀਸ ਲਾਉਣਾ ਆਪਾਂ ਨਵਾਂ ਹੀ ਲਾਉਣਾ। ਠੀਕ ਹੈ, ਹੁਣ ਇਹ ਟਰੈਕਟਰ ਨੂੰ ਚਾਰੇ ਰਿਮ ਨਵੇਂ ਲੱਗੇ ਹੋਏ ਆ। ਠੀਕ ਹੈ ਜੀ, ਠੀਕ ਹੈ ਜੀ, ਮਗਰਾੜ ਇਹਦੇ ਨਵੇਂ ਲੱਗੇ, ਪੈਰਦਾਨ ਇਹਦੇ ਨਵੇਂ ਲੱਗੇ, ਓਰੀਜਨਲ ਪੈਰਦਾਨ ਲਾਏ ਇਹਨੂੰ ਆਪਾਂ। ਅੱਛਾ ਜੀ, ਹਾਂਜੀ, ਤੇ ਇਹ ਮਗਰਾੜ ਵਗੈਰਾ ਉਹ ਸਹੀ ਗੱਲ ਆ ਵੀ ਜਦੋਂ ਆਪਾਂ ਇੰਨਾ ਨਵਾਂ ਟਰੈਕਟਰ ਤਿਆਰ ਕਰੀਨੇ ਫਿਰ ਪੁਰਾਣੇ ਮਗਰਾੜ ਦਾ ਮੈਂ ਤਾਂ ਕੰਮ ਵੀ ਕੋਈ ਨਹੀਂ ਹਨਾ। ਨਹੀਂ ਜੀ, ਨਹੀਂ ਜੀ, ਉਹ ਬਾਕੀ ਮਗਰਾੜ ਹੀ ਗੱਲਦੇ ਹੁੰਦੇ ਆ ਜੀ, ਪੇਪੜੀਆਂ ਜਾਂ ਬਣ ਲਾ ਪੈਂਦੀਆਂ। ਸਹੀ ਹੈ, ਸਹੀ ਹੈ, ਇਹ ਤਾਂ ਫਿਰ ਜਿਹੜਾ ਲਾਉਣਾ ਹੀ ਪੈਂਦਾ ਹਨਾ। ਹਾਂਜੀ, ਹੁਣ ਜਿਹੜਾ ਸਾਡਾ ਟਰੈਕਟਰ 15 ਦਿਨਾਂ 'ਚ ਤਿਆਰ ਹੁੰਦਾ। ਅੱਛਾ ਜੀ, ਹਾਂ ਦੱਸਾਂ 15 ਦਿਨਾਂ ਬਾਈ ਜੀ ਟਰੈਕਟਰ ਤਿਆਰ ਕਰੀਦਾ। ਠੀਕ ਆ ਨਹੀਂ, ਮਹੀਨੇ ਦੇ ਸਾਡੇ 2 ਟਰੈਕਟਰ ਤਿਆਰ ਹੁੰਦੇ ਆ। ਹੁਣ ਬਾਕੀ ਕਰਨ ਨੂੰ ਕਰੀ ਜਾਂਦੇ ਆ, ਕੀੜਿਆਂ ਵਾਂਗੂ ਬਣਾ ਬਣਾ ਭਿਉਂ ਭਿਉਂ ਛੱਡੀ ਜਾਂਦੇ, ਛੱਡ ਕੇ ਤੇ ਉਹ ਕਾ ਸਵਾਦ ਹੀ ਨਹੀਂ ਆਉਂਦਾ ਕੰਮ ਕਰਨ ਦਾ। ਠੀਕ ਹੈ, ਠੀਕ ਹੈ ਨਾ ਜੀ। ਹੁਣ ਜੇ ਮੰਨ ਲਾ ਵੀ ਤੀਜੇ ਦਿਨ ਦੂਜੇ ਦਿਨ ਐਂ ਟਰੈਕਟਰ ਥੋੜ੍ਹਾ ਤਿਆਰ ਹੁੰਦੇ ਆ, ਟਰੈਕਟਰ ਜਿਹੜਾ ਸਹੀ ਫੀਲ ਪੂਰੀ ਤਸੱਲੀ ਨਾਲ ਤਿਆਰ ਹੁੰਦਾ, ਕਰਨਾ ਪੈਂਦਾ 15 ਦਿਨ ਟਰੈਕਟਰ ਆਰਾਮ ਨਾਲ ਲੈਂਦਾ। ਠੀਕ ਹੈ ਬਈ, ਹਾਂ ਹੁਣ ਦੂਜੇ ਤੀਜੇ ਦਿਨ ਟਰੈਕਟਰ ਫਿਰ ਉਹ ਸਵਾਦ ਜਿਹਾ ਨਹੀਂ ਆਉਂਦਾ, ਫਿਰ ਉਹ ਤਾਂ ਐਂ ਵੀ ਮੰਡੀ ਵਾਲਿਆਂ ਦੇ ਟਰੈਕਟਰ ਆ। ਹਾਂ, ਬਾਕੀ ਰੰਗ ਤੇ ਡਿਪੈਂਡ ਆ, ਰੰਗ ਕਰੀਦਾ ਸਿਰੇ ਦਾ। ਆ ਹੁਣ ਟਰੈਕਟਰ ਆਪਣਾ ਖੜਾ ਬਣਾਈ ਐਨਸੀ ਚ ਲਿਆ ਕੇ ਲਾ ਦਿਓ, ਅਗਲਾ ਕੋਈ ਵੀ ਕੰਪਨੀ ਚ ਟਰੈਕਟਰ ਦੁਬਾਰਾ 3600 ਲੱਗ ਗਿਆ। ਸਹੀ ਹੈ, ਸਹੀ ਹੈ ਜੀ। ਤੇ ਫਿਰ ਬਈ ਤੁਸੀਂ ਕਿੰਨਾ ਟਾਈਮ ਲੈਨੇ ਆ ਜੀ ਹੁਣ ਨਵਾਂ ਕੋਈ ਬੰਦਾ ਆਉਂਦਾ ਜੀ? ਤੇ ਵੇਖੋ ਜੀ, ਜਿਹੜੇ ਦਾ ਟਰੈਕਟਰ ਦਾ ਇੰਜਨ ਦਾ ਕੰਮ ਹੋਣ ਵਾਲਾ ਉਹ ਤੋਂ ਤਾਂ ਆਪਾਂ 3 ਮਹੀਨੇ ਦਾ ਟਾਈਮ ਵੀ ਲੈਨੇ ਆ। ਠੀਕ ਹੈ, ਹਾਂ, ਜਿਹੜਾ ਰੰਗ ਵਾਲਾ ਟਰੈਕਟਰ ਆ ਜੇ ਹੁਣ ਮੂਹਰੇ ਲੱਗਾ ਫਿਰ ਤਾਂ ਤੁਹਾਨੂੰ ਪਤਾ ਵੀ ਕਿਉਂਕਿ 5-7 ਦਿਨ 10 ਦਿਨ ਉਹ 'ਤੇ ਵੀ ਲੱਗ ਜਾਂਦੇ ਆ, ਉਦੋਂ ਮਗਰੋਂ ਨੰਬਰ ਲਾ ਦੇਈਦਾ ਉਹਦਾ। ਠੀਕ ਹੈ, ਹਾਂਜੀ, ਬਾਕੀ ਮਹੀਨੇ ਨੂੰ ਚੱਲ ਜਾਂਦਾ ਸਾਡੇ ਕੋਲ। ਅੱਛਾ, ਮਹੀਨੇ ਕਿ ਦੀ ਬੁਕਿੰਗ ਹੁੰਦੀ ਹੈ? ਮਹੀਨੇ ਦੀ ਬੁਕਿੰਗ ਹੁੰਦੀ ਹੈ ਆਪਣੇ ਕੋਲ। ਠੀਕ ਹੈ ਦੋਸਤੋ, ਫਿਰ ਆ ਗਿਆ ਜੀ ਵੱਖਰੀ ਤਰ੍ਹਾਂ ਦਾ ਜਿਹੜਾ 9-11 ਇਹਦਾ ਪੇਂਟ ਆ ਬਈ ਜਿਹੜਾ। ਹਾਂਜੀ, ਇਹ ਪੈਂਟ ਪਈ ਵਾਲਾ ਜੀ, ਇਹ ਪੈਂਟ ਪਈ ਵਾਲਾ। ਹਾਂਜੀ ਹਾਂਜੀ, ਠੀਕ ਹੈ, ਇਹ ਵੀ ਬਹੁਤ ਸੋਹਣਾ ਲੱਗ ਰਿਹਾ ਬਈ ਹਨਾ। ਹਾਂਜੀ, ਇਹ ਰੀਨ ਵਾਲੇ ਰੰਗ ਹੀ ਹੈ ਜੀ, ਜਿਹੜਾ ਪੈਂਟ ਪਈ ਆਉਂਦਾ ਜੀ ਉਹ ਹੀ ਰੰਗ ਹੈ ਜੀ ਇਹ। ਦੋਸਤੋ, ਫਿਰ ਰੰਗ ਵਗੈਰਾ ਤੁਸੀਂ ਦੇਖ ਸਕਦੇ ਹੋ ਜਮਾਂ। ਹਾਂਜੀ, ਆਪਦੀ ਤਸੱਲੀ ਇੱਥੇ ਬਾਈ ਹੋਰਾਂ ਕੋਲੇ ਆ ਕੇ ਵੀ ਕਰ ਸਕਦੇ ਹੋ। ਟਰੈਕਟਰ ਇੱਕ ਨਾ ਕੋਈ 2-4 ਤਾਂ ਤਿਆਰ ਖੜੇ ਹੀ ਹੁੰਦੇ ਆ। ਹਾਂਜੀ, ਖੜੇ ਹੁੰਦੇ, ਬਾਕੀ ਜਦੋਂ ਲੰਘੇ ਵੀ ਦੇਖੀਏ ਖੜੇ ਹੁੰਦੇ ਆ, ਖੜੇ ਹੁੰਦੇ ਆ ਜੀ। ਕੋਈ ਨਾ ਕੋਈ ਤਿਆਰ ਹੋਈ ਜਾਂਦਾ। ਬਾਕੀ ਜੀ ਪਰਮਾਤਮਾ ਦੀ ਕਿਰਪਾ ਨਾਲ ਹੁਣ ਆਪਣਾ ਵਧੀਆ ਕੰਮ ਚੱਲਿਆ ਜੀ, ਹੁਣ ਆਪਾਂ ਕਹੀ ਜਾਈਏ। ਹਾਂਜੀ, ਠੀਕ ਹੈ ਨਾ ਜੀ। ਬਾਕੀ ਆਪਾਂ ਕੰਮ ਦੇ ਵਿੱਚ ਕਦੇ ਕਮੀ ਨਹੀਂ ਛੱਡੀ ਤੇ ਨਾ ਹੀ ਕਦੇ ਕਿਸੇ ਨਾਲ ਆਪਾਂ ਬੇਈਮਾਨੀ ਕੀਤੀ ਆ। ਠੀਕ ਹੈ, ਹਾਂ, ਜਿਹੜਾ ਕੰਮ ਕਰਨਾ ਓਰੀਜਨਲ ਕਰਨਾ, ਤਸੱਲੀ ਵਾਲਾ ਕੰਮ ਕਰਕੇ ਅਗਲੇ ਨੂੰ ਦੇਈਦਾ। ਠੀਕ ਹੈ ਜੀ, ਠੀਕ ਹੈ ਨਾ ਜੀ। ਪਲੇਟਫਾਰਮ ਵਗੈਰਾ ਦੋਸਤੋ, ਬਾਕੀ ਉੱਪਰੋਂ ਜਿਹੜੀ ਫੀਲਿੰਗ ਆਉਂਦੀ ਹੈ ਮੀਟਰਾਂ ਦੀ ਤੁਸੀਂ ਦੇਖ ਸਕਦੇ ਹੋ ਜੀ, ਐਂ ਲੱਗਦਾ ਜਿਵੇਂ ਵਾਕਈ ਨਵੇਂ ਸਟਿੱਕਰ ਵਗੈਰਾ A2Z ਸਟਿੱਕਰ ਉਦਾਂ ਹੀ ਲੱਗੇ ਸਾਰੇ ਓਰੀਜਨਲ ਏਜੰਸੀ ਵਾਲੇ, ਕੁੱਲ ਚੀਜ਼ ਉਵੇਂ ਹੀ ਲੱਗੀ ਹੋਈ ਹੈ ਜੀ, ਦੇਖ ਸਕਦੇ ਹੋ। ਇੱਕ ਆਹ ਬਹੁਤ ਸੋਹਣੇ ਲੱਗੇ ਕਵਰ, ਜਿਹੜੇ ਉੱਪਰੋਂ ਕਵਰ ਹੋ ਗਿਆ ਜੀ। ਹਾਂਜੀ, ਤੇ ਮਗਰਾੜ ਵਗੈਰਾ ਨਾ, ਜੇ ਕੋਈ ਕਸਟਮਰ ਵੀ ਚੀਜ਼ ਆਪਦੀ ਤਿਆਰ ਕਰਾ ਕੇ ਵੀ ਲਿਆਉਂਦਾ, ਹਾਂਜੀ, ਆਪਾਂ ਉਹਨੂੰ ਪੇਂਟ ਵੀ ਕਰ ਦੇਈਦਾ। ਇਹ ਨਹੀਂ ਗੱਲ ਵੀ ਜੀ ਸਾਥੋਂ ਕੰਮ ਨਹੀਂ ਕਰਾਏ, ਕੰਮ ਨਹੀਂ ਕਰਦੇ, ਜਿਹੜਾ ਕੰਮ ਜਿਵੇਂ ਕਹਿੰਦਾ ਅਸੀਂ ਉਵੇਂ ਕਰਨਾ ਚੱਲਾਂਗੇ, ਕਸਟਮਰ ਦੇ ਨਾਲ ਹੀ ਆ। ਠੀਕ ਹੈ, ਆਪਦੀ ਮਨਮਰਜ਼ੀ ਨਹੀਂ ਕਰੀਦੀ ਉਹਦੇ 'ਚ ਬਈ। ਫਿਰ ਇਹ ਗੱਲਾਂ ਹੁੰਦੀਆਂ ਹੋਣਗੀਆਂ ਜੇ ਬੰਦੇ ਨੇ ਪਾਸਿਓਂ
देखो दोस्तों रंग की क्वालिटी जी, इंजन ते जिहड़ा रंग होया भी तुसी देख सकते हैं, बाकी प्लेटफार्म देखो बहुत सोहना तैयार होया, ते आ सारा जिहड़ा फ्लैट हो गया, ते आ कवर बहुत सोहने लगे, कवर ओ ट्रैक्टर नाल भी इहदे ज्यादा सोहने लगे। हां जी इह आउणा जिहड़ा राई स्पैशल 2511 वाला आउंदा हुंदा सीगा, ठीक है, इह उहदे वाले इहदे जिहड़ा आ ਇਹਨਾਂ ਨਾਲ ਪਾਣੀ ਨਹੀਂ ਪੈਂਦਾ, ਨਾ ਮਿੱਟੀ ਪਵੇ ਵਿੱਚ ਪਾਣੀ ਨਹੀਂ ਪੈਂਦਾ ਇਹਨਾਂ ਨਾਲ ਵਿੱਚ ਬ੍ਰੇਕਾਂ ਦੇ, ਤੇ ਨਾੜਗਰਾਂ ਦੀ ਬ੍ਰੇਕ 'ਚ ਪਾਣੀ 'ਚ ਮਤਲਬ ਖਰਾਬ ਹੁੰਦੀ ਆ, ਊਂ ਤਾਂ ਨਾੜਗਰਾਂ ਦੀ ਬ੍ਰੇਕ ਬਹੁਤ ਜ਼ਬਰਦਸਤ ਆ। ਠੀਕ ਹੈ ਬਈ, ਹਾਂਜੀ ਬਾਕੀ ਪਾਵਰ ਸਟੀਅਰਿੰਗ ਨੂੰ ਬਈ ਫਿਰ ਸਾਰਾ ਕੁਝ ਇਹਦਾ ਵੀ ਆਪਾਂ ਹੀ ਕੰਮ ਕੀਤਾ ਜੀ, ਇਹਦਾ ਵੀ ਸਾਰਾ ਅੱਗੇ ਤੋਂ ਲਾ ਕੇ ਪਿੱਛੇ ਤੱਕ ਸਾਰਾ ਕੰਮ ਕੀਤਾ ਇਹਦਾ ਆਪਾਂ। ਇਹ ਲੁਧਿਆਣੇ ਤੋਂ ਟਰੈਕਟਰ ਆਇਆ ਜੀ ਆਪਣੇ ਕੋਲ, ਠੀਕ ਹੈ, ਲੁਧਿਆਣੇ ਏਰੀ ਦਾ ਟਰੈਕਟਰ ਆ ਇਹਦੇ, ਇਹ ਮਗਰ ਸਪਿਨਰ ਆ ਗਏ ਜੀ, ਹਾਂਜੀ ਇਹ ਲੁਧਿਆਣੇ ਤੋਂ ਆਇਆ ਆਪਣੇ ਕੋਲ, ਇਹ ਬਾਈ ਅਮਰੀਕਾ 'ਚ ਆ, ਠੀਕ ਹੈ ਜੀ, ਹਾਂਜੀ ਕਿਆ ਬਾਤ ਆ ਜੀ, ਤੁਸੀਂ ਦੇਖ ਸਕਦੇ ਹਾਂ ਜੀ ਨਿੱਕੀ ਨਿੱਕੀ ਚੀਜ਼ ਬੜੀ ਜਚਾ ਕੇ ਲੱਗੀ ਹੋਈ ਹੈ ਇਹ ਚੀਜ਼ਾਂ। ਬਾਕੀ ਜੀ ਕੰਮ ਕਰਨ ਦਾ ਬਹੁਤ ਫਰਕ ਹੁੰਦਾ, ਹੁਣ ਸਾਡੇ ਜਿਹੜਾ ਹੁਣ ਕੰਮ ਕੀਤਾ ਹਰ ਇੱਕ ਚੀਜ਼ ਨੂੰ ਵੀ ਐਂ ਤਸੱਲੀ ਨਾਲ ਪਾਈਦਾ, ਐਂ ਨਹੀਂ ਵੀ ਐਂ ਡੱਕ ਡੋਲੇ ਖਾਂਦੀ ਫਿਰੂਗੀ ਚੀਜ਼, ਠੀਕ ਹੈ, ਠੀਕ ਆ ਨਹੀਂ, ਜੋ ਵੀ ਪੈਨ ਨਵੀਂ ਪਾਈ ਆ ਕੋਈ ਐਂ ਢਿੱਲ ਜੀ ਨਹੀਂ ਗੀ, ਲੈਂਕਾਂ ਲੂੰਕਾਂ 'ਚ ਵੀ ਡੱਚ ਡੱਚ ਵੱਜਦੀਆਂ ਹੈ ਨਾ, ਰੀਨਲ ਚਿਮਟੇ ਦੀਆਂ ਲਿੰਕਾਂ ਪਾਈਆਂ ਆਪਾਂ ਇਹਦੇ, ਅੱਛਾ ਜੀ, ਹਾਂਜੀ ਜਿਹੜੀਆਂ ਇਹਨੂੰ ਗੋਲੀਆਂ ਵਾਲੀਆਂ ਆਉਂਦੀਆਂ, ਆਮ ਛੋਟੀ ਪਲੇਟ ਆਉਂਦੀ ਹੈ ਇਹ ਆਪਾਂ ਵੱਡੀ ਪਲੇਟ ਵਾਲੀਆਂ ਪਾਈਆਂ, ਆਮ ਇੰਨੀ ਪਲੇਟ ਆਉਂਦੀ ਹੈ ਵੱਡੀ ਪਲੇਟ ਵਾਲੀਆਂ ਇਹ, ਠੀਕ ਹੈ ਬਈ, ਹਾਂ ਇਹ ਖਰਾਬ ਨਹੀਂ ਹੁੰਦੀਆਂ ਬਈ, ਮਤਲਬ ਹਰੇਕ ਚੀਜ਼ ਦਾ ਖਾਸ ਧਿਆਨ ਰੱਖਿਆ, ਹਾਂਜੀ ਐ ਨਹੀਂ ਵੀ ਲਿੰਕਾਂ ਤਾਂ ਛੱਡ ਹੀ ਦਿੱਤੀਆਂ ਰੰਗ ਹੀ ਕਰਦਾ, ਹਾਂਜੀ ਹਾਂਜੀ ਹਾਂਜੀ, ਹੈ ਨਾ, ਠੀਕ ਹੈ। ਬਾਕੀ ਆਪਣਾ ਜਿਹੜਾ ਟਰੈਕਟਰ ਕੀਤਾ ਉਹਦੇ ਹਰ ਇੱਕ ਦੇ ਵਿੱਚ ਪੈਨ ਨਵੀਂ ਹੋਊਗੀ, ਢਲਣਾ ਹੋਊਗੀ, ਇਹ ਨਹੀਂ ਵੀ ਇਹ ਕੰਟਰੋਲ ਨਹੀਂ ਕਰਦਾ ਜਾਂ ਕੁਛ ਨਹੀਂ ਕਰਦਾ, ਜਦੋਂ ਛੱਡਤਾ ਇਹ ਨਵੇਂ ਵਾਂਗੂ ਹੀ ਚੱਲੂਗਾ, ਠੀਕ ਹੈ। ਬਾਕੀ ਜਿਵੇਂ ਵੀ ਜਿੱਥੇ ਬੋਸ਼ ਵਗੈਰਾ ਲੱਗਣ ਵਾਲੇ ਦਾ ਸਾਰੇ ਲਾਏ ਹੋਏ, ਜਿਵੇਂ ਆਪਾਂ ਪੈਡਲ ਪੂਡਲ ਵੇਖੀਏ ਬਈ, ਹਾਂਜੀ ਪੈਡਲ ਪੂਡਲ ਓਕੇ, ਜਮਾਂ ਓਕੇ ਜੀ, ਸਹੀ ਹੈ, ਉਹ ਬ੍ਰੇਕ ਲੱਗੇ ਹੋਏ ਪਾਰਕ, ਠੀਕ ਹੈ, ਸਹੀ ਹੈ ਜੀ, ਹਾਂਜੀ। ਇਹ ਚੀਜ਼ਾਂ ਹੀ ਹੁੰਦੀਆਂ ਬਈ ਮੇਨ, ਜਿਹੜੀਆਂ ਆਪਾਂ ਕਹਿ ਸਕਦੇ ਹਾਂ ਜਿਵੇਂ ਕਹਿੰਦੇ ਏਜੰਸੀ ਤੋਂ ਬਾਅਦ ਨਹੀਂ ਬੰਦਾ, ਏਜੰਸੀ ਤੋਂ ਬਾਅਦ, ਹਾਂਜੀ ਏਜੰਸੀ ਤੋਂ ਬਾਅਦ ਫਿਰ ਆਉਣਾ ਬਈ ਜੀ, ਜਿਹੜਾ ਵੀਰ ਪੈਸੇ ਲਾਉਂਦਾ ਫਿਰ ਚੀਜ਼ ਤਾਂ ਉਹਦੀ ਬਣਦੀ ਬਣਦੀ ਹੈ, ਠੀਕ ਹੈ। ਤੇ ਬਈ ਇਹ ਫਿਰ ਜਿਵੇਂ ਪੇਂਟ ਵਗੈਰਾ ਕਰਦੇ ਆ ਜਾਂ ਤੁਸੀਂ ਇਹਦਾ ਕੀ ਕੋਈ ਧਿਆਨ ਰੱਖਣ ਵਾਲੀਆਂ ਗੱਲਾਂ ਵੀ ਹੁੰਦੀਆਂ ਜੀ ਪੇਂਟ ਧਿਆਨ ਵਾਲੀਆਂ ਜੀ? ਪਹਿਲਾਂ ਤਾਂ ਜਿਹੜੀ ਆਪਣੀ ਵਰਕਸ਼ਾਪ ਹੀ ਓਪਨ ਸੀਗੀ, ਠੀਕ ਹੈ, ਮਤਲਬ ਵੀ ਖੁੱਲਾ ਹੀ ਸੀ ਕੰਮ, ਅਸੀਂ ਉੱਥੇ ਸਾਨੂੰ ਫਿਰ ਉੱਥੇ ਸਮੱਸਿਆ ਆਉਂਦੀ ਸੀ ਮਿੱਟੀ ਘੱਟੇ ਦੀ, ਠੀਕ ਹੈ, ਹੁਣ ਜਿਹੜੀ ਦੁਕਾਨ ਅਸੀਂ ਸਾਹਮਣੇ ਇੱਕ ਹੋਰ ਲੈ ਲਈ ਆ, ਠੀਕ ਹੈ, ਹੁਣ ਜਿਹੜਾ ਤਾਂ ਰਿਪੇਅਰ ਦਾ ਕੰਮ ਆ ਉਹ ਤਾਂ ਹੁਣ ਉਸੇ ਵਰਕਸ਼ਾਪ 'ਚ ਹੀ ਕਰਦੇ ਹਾਂ, ਠੀਕ ਹੈ ਜੀ, ਠੀਕ ਹੈ ਜੀ, ਜਿਵੇਂ ਹੁਣ ਰੰਗ ਦਾ ਕੰਮ ਕਰਦੇ ਹਾਂ, ਜਿਵੇਂ ਹੁਣ ਮੱਕੀ ਦਾ ਦਾਗ ਵੀ ਨਹੀਂ ਕਿਤੇ, ਉਹ ਆਪਾਂ ਵਰਕਸ਼ਾਪ ਲੈਣੇ ਕਰਕੇ ਉੱਥੇ ਮਿੱਟੀ ਘੱਟਾ ਨਹੀਂ ਅੰਦਰ ਜਾਂਦਾ ਜਿਵੇਂ, ਸਹੀ ਹੈ, ਹਾਂ ਮਿੱਟੀ ਘੱਟਾ ਜੇ ਅੰਦਰ ਜਾਣ ਦੇ ਨਾਲ ਰੰਗ ਦੀ ਕੁਆਲਿਟੀ ਖਰਾਬ ਹੁੰਦੀ ਆ, ਠੀਕ ਹੈ, ਤੇ ਰੰਗ ਵਧੀਆ ਨਹੀਂ ਹੁੰਦਾ ਗਾ, ਇਸੇ ਸਪੈਸ਼ਲ ਕਮਰੇ 'ਚ ਹੀ, ਹਾਂ ਸਪੈਸ਼ਲ ਕਮਰੇ 'ਚ ਰੰਗ ਕਰੀਦਾ ਜੀ ਇਹ, ਠੀਕ ਹੈ, ਹਾਂ ਚਲੋ ਕੀ ਬਾਤ ਆ, ਚਲੋ ਵਧੀਆ ਗੱਲ ਹੈ ਤਾਂ ਬਈ, ਹੈ ਨਾ, ਹਾਂਜੀ, ਬਾਕੀ ਚੀਜ਼ ਦੇ ਨਾ ਇਹ ਹੱਥ ਮਾਰੋ ਪਤਾ ਲੱਗਦਾ ਵੀ ਇਹ ਮੁਲਾਇਮ ਪੂਰਾ ਰੰਗ, ਹਾਂਜੀ ਹਾਂਜੀ, ਸਹੀ, ਹਾਂ ਪੂਰਾ ਰੰਗ ਪੂਰਾ ਮੁਲਾਇਮ ਆ। ਅਸੀਂ ਕਈ ਹੁਣ ਬੰਦੇ ਕੰਮ ਕਰਦੇ ਆ, ਉਦੋਂ ਬਾਅਦ ਜੀ ਦੇ ਰੰਗ ਦੇ ਪਾਲਸ਼, ਅਸੀਂ ਕਦੇ ਪਾਲਸ਼ ਨਹੀਂ ਮਾਰੀਗੇ, ਠੀਕ ਹੈ, ਅਸੀਂ ਨਾ ਰਹੂੰਗੇ, ਜਿਵੇਂ ਇਹ ਟਰੈਕਟਰ ਖੜੇ ਹੋਣੇ ਓਰੀਜਨਲ ਪੇਂਟ ਆ ਵੀ ਉੱਤੇ ਕੋਈ ਪਾਲਸ਼ ਨਹੀਂ, ਨਾ ਪਾਲਸ਼ ਮਾਰਦੇ ਨਹੀਂ ਅਸੀਂ, ਜਿਹੜਾ ਟਰੈਕਟਰ ਕੰਮ ਕਰਦਾ ਅਸੀਂ ਪਾਲਸ਼ ਨਹੀਂ ਮਾਰਦੇ ਟਰੈਕਟਰ ਤੇ, ਨਾ ਰੰਗ ਕਰਦੇ ਆ ਉਹਨੂੰ, ਜਾਣ ਲੱਗੇ ਨੂੰ ਬਾਜੀ ਰੰਗ ਕਰ ਦਿਓ ਪਿੰਡ ਦੇ ਵਿੱਚ ਪਤਾ ਲੱਗੇ ਵੀ ਫਲਾਣੇ ਦਾ ਟਰੈਕਟਰ ਰੰਗ, ਨਾ ਆ ਹੁਣ ਟਰੈਕਟਰ ਕਿਤੋਂ ਵੀ ਰੰਗ ਕੋਈ ਬੰਦਾ ਕਹਿ ਦੇਵੇ ਤੇ ਪਾਲਸ਼ ਨਹੀਂ। ਅਸਲ 'ਚ ਫਿਰ ਬਈ ਚਲੋ ਇਹ ਗੱਲਾਂ ਹੋਣੀਆਂ ਲੋਕਾਂ ਦੀਆਂ, ਪਰ ਜੇ ਮੈਂ ਆਪਦੀ ਪਰਸਨਲ ਗੱਲ ਦੱਸਾਂ, ਮੈਂ ਨਾ ਫਿ�ਰ ਜੇ ਰਵਿੰਗ ਹੀ ਕਰਨੀ ਉਹਦਾ ਫਿਰ ਬੰਦਾ ਪੁਰਾਣੇ ਤੇ ਵੀ, ਤੇ ਪੁਰਾਣੇ ਤੇ ਵੀ ਕਰ ਸਕਦਾ, ਹਾਂਜੀ, ਜੇ ਨਵੇਂ ਨੂੰ ਰਵਿੰਗ ਦੀ ਲੋੜ ਪੈ ਗਈ ਤੇ ਨਵੇਂ ਨੂੰ ਪਾਉਣ ਦੀ ਪੈ ਗਈ ਤਾਂ ਫਿਰ ਇਹਦੇ ਉੱਤੇ ਹੁਣ ਮੱਖੀ ਬਹਿ ਜੇ ਤੇ ਥੱਲੇ ਆ ਕੇ ਡਿੱਗੂਗੀ, ਸਹੀ, ਐ ਨਹੀਂ ਵੀ ਪੈਰ ਨਹੀਂ ਖੜਦੇ ਮੱਖੀ ਦੇ, ਸਹੀ ਹੈ, ਹਾਂਜੀ। ਤੇ ਬਾਕੀ ਬਾਈ ਜੀ ਤੁਸੀਂ ਆਪ ਖੁਦ ਹੀ ਕੰਮ ਕਰਦੇ ਹੋ? ਹਾਂਜੀ ਆਪ ਖੁਦ ਕੰਮ ਕਰਦੇ ਆ, ਠੀਕ ਹੈ ਜੀ, ਇਹ ਬਾਈ ਜੀ ਨਾਲ ਪੈਂਟਰ ਸਾਹਿਬ ਦਾ, ਮੈਂ ਆਪ ਖੁਦ ਕੰਮ ਕਰਦਾ ਨਾਲ ਬਾਈ ਲਖਵੀਰ ਹੈ ਜੀ, ਦੋ ਮੁੰਡੇ ਆ ਮੇਰੇ, ਠੀਕ ਹੈ ਜੀ, ਤਿੰਨ ਬੰਦਾ ਕਈ ਮੇਰਾ ਹਿੱਸੇਦਾਰ ਆ, ਠੀਕ ਹੈ ਜੀ, ਹਾਂਜੀ, ਚਲੋ ਵਧੀਆ ਬਾਈ ਦਾ ਵੀ ਕੰਮ ਜਿਹੜਾ ਪੇਂਟ ਵਾਲਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ। ਤੇ ਬਾਕੀ ਦੋਸਤੋ ਕੋਈ ਵੀ ਗੱਲਬਾਤ ਕਰਨੀ ਹੋਵੇ ਤੁਸੀਂ ਬਾਈ ਹੋਰਾਂ ਨਾਲ ਕਰ ਸਕਦੇ ਹੋ ਜੀ।